ਤੁਸੀਂ ਵੇਖ ਰਹੇ ਹੋ P21 ਨਿਊਜ਼ ਚੈਨਲ। ਅੱਜ ਦੀ ਮੁੱਖ ਖਬਰ। ਲੋਕ ਹਿੱਤ ਸੰਘਰਸ਼ ਕਮੇਟੀ ਦੇ ਲੰਗਰ ਵਿਤਰਨ ਵਿੱਚ ਚੇਅਰਮੈਨ ਗੇਜਾ ਰਾਮ ਤੇ ਵਿਧਾਇਕ ਸੁਰਿੰਦਰ ਡਾਬਰ ਪੁੱਜੇ। ਹੁਣ ਖਬਰ ਵਿਸਤਾਰ ਤੋਂ। ਅੱਜ ਲੁਧਿਆਣਾ ਸ਼ਹਿਰ ਵਿੱਚ ਲੋਕ ਹਿੱਤ ਸੰਘਰਸ਼ ਕਮੇਟੀ ਦੇ ਵੱਲੋਂ ਭਗਵਾਨ ਵਾਲਮੀਕਿ ਤੇ ਬਾਬਾ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਲਾਲਾ ਜੀਵਨ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਲੰਗਰ ਲਗਾਇਆ ਗਿਆ, ਜਿਸ ਵਿੱਚ ਹਲਕਾ ਕੇਂਦਰੀ ਤੋਂ ਵਿਧਾਇਕ ਸ਼੍ਰੀ ਸੁਰਿੰਦਰ ਡਾਬਰ ਜੀ ਤੇ ਸਫਾਈ ਉਦਯੋਗ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। इस मौके कौंसलर वार्ड नंबर 84 ਤੋਂ ਲਾਲਾ ਸੁਰਿੰਦਰ ਅਟਵਾਲ ਜੀ, ਨੇਤਾ ਜੀ ਸੋਨਦੀ ਅੰਬੇਦਕਰ, ਰਿੰਕੂ ਕੁਮਾਰ ਸਿੱਧਰ, ਜੁਰਾਵਰ ਸਿੰਘ ਜੋਹਲ, ਸੋਹਨ ਲਾਲ ਕਪੂਰ, ਰਮੇਸ਼ ਗਿੱਲ, ਦਲੀਪ ਥਾਪਰ, ਰੇਸ਼ਮ ਸਿੰਘ, ਪੱਪਾ ਬੱਤਰਾ ਜੀ, ਹਰਬੰਸ ਆਹੂਜਾ, ਅਸ਼ੋਕ ਥਾਪਰ, ਸਰਦਾਰ ਰਣਜੀਤ ਚੌਹਾਨ, ਮਹੇਸ਼ ਕੁਮਾਰ, ਪੰਡਿਤ ਮੁਕੇਸ਼ ਸਹਿਗਲ, ਰਤਨ ਬਦੇਜ, ਪਰਮਜੀਤ ਚੰਦ, ਵਿਜੇ ਮੱਟੂ, ਰਵੀ ਕੁਮਾਰ ਦੀਪਕ, ਬਰਨੇਜ, ਨਿੱਕਾ ਹੀਰ, ਮਹਿੰਦਰ ਪਾਲ, ਕੇਪੀ ਰਾਣਾ, ਜਸਵੀਰ ਲਵਾਂ, ਕੇਪੀ ਦਾਨਵ, ਲੱਕੀ ਨਾਹਰ, ਸਰਦਾਰ ਕਰਮਜੀਤ ਸਿੰਘ, ਸਰਦਾਰ ਭਗਵੰਤ ਸਿੰਘ, ਸੋਨੂ ਬਜਾਜ, ਬੂਟਾ ਸਿੰਘ ਸਰਪੰਚ ਤੇ ਸਾਥੀ ਹਾਜ਼ਰ ਸਨ। ਲੁਧਿਆਣਾ ਤੋਂ ਮਹੇਸ਼ ਕੁਮਾਰ ਦੀ ਰਿਪੋਰਟ। ਪ੍ਰਗਟ ਦਿਵਸ ਹੈ, ਵਿਸ਼ਵਕਰਮਾ ਮਹਾਰਾਜ ਦਾ ਵੀ ਇਹਨਾਂ ਨੇ ਅੱਜ ਇਹ ਦਿਨ ਮਨਾਇਆ। ਬਾਬਾ ਵਿਸ਼ਵਕਰਮਾ ਜੀ ਸਾਡੇ ਜਗਤ ਦੇ ਇਹਨਾਂ ਨੇ ਕਾਰੋਬਾਰ ਦੇ ਸਥਾਪਨਾ ਹੋਏ ਨੇ। ਸਾਡਾ ਫਰਜ਼ ਬਣਦਾ ਇੰਨਾ ਮਹਾਨ ਜਿਹੜੇ ਸਾਡੇ ਸੰਤ ਮਹਾਤਮਾ ਮੋਨੀ ਹੋਏ ਨੇ, ਬਾਬਾ ਵਿਸ਼ਵਕਰਮਾ ਜੀ ਨੇ ਤੁਹਾਨੂੰ ਪਤਾ ਸਾਰੀ ਇੰਡਸਟਰੀ ਦਾ ਕਿੱਦਾਂ ਸੰਚਾਰ ਕੀਤਾ। ਹੋਰ ਮੈਂ ਕਹਿੰਦਾ ਇਹ ਸਾਰੇ ਬੰਦੇ ਸੀ ਮੇਰੇ ਵਿਦੇਸ਼ਾਂ ਦੇ ਵਿੱਚ ਵੀ ਬਾਬਾ ਵਿਸ਼ਵਕਰਮਾ ਦਿਨ ਮਨਾਉਂਦੇ ਹਾਂ। ਉਹਨਾਂ ਦਾ ਬਹੁਤ ਜਨ ਪ੍ਰਮਾਤਮਾ ਜੀ ਉਹਨਾਂ ਅੱਗੇ ਅਰਦਾਸ ਕਰਦੇ ਹਾਂ, ਸਾਡੇ ਸਰਕਾਰਾਂ ਦੀ ਕਿਰਪਾ ਦਾ ਅਸ਼ੀਰਵਾਦ ਬਣੇ ਵੀ ਸਾਡੇ ਕਾਰੋਬਾਰ 'ਚ ਵਾਧਾ ਹੋਵੇ, ਸਾਡਾ ਪੰਜਾਬ ਖੁਸ਼ਹਾਲੀ ਤਰੱਕੀ ਵੱਲ ਜਾਵੇ। ਉਹ ਅੱਜ ਮੈਂ ਸੁੱਚੇ ਸੰਸਥਾਨ ਅਤੇ ਪੰਜਾਬ ਦੇ ਜੀ ਰੱਖਾ ਰਾਮ ਹੰਸ ਜੀ, ਅਮਨੰਦ ਪਾਲ ਜੀ, ਉਹ ਭਾਰਤੀ ਜੀ ਦੇ ਨਾਲ ਸਾਡੇ ਜੀਵਨ ਜੀ, ਅਸੀਂ ਸਭ ਤੋਂ ਪਹਿਲਾਂ ਦਿਨ ਜਦੋਂ ਧਤੂਣਾ ਸਾਹਿਬ ਢਾਏ ਨਾ ਬਲਦੇਵ ਗਿਰ, ਉਹਨਾਂ ਨੇ ਪਹਿਲੇ ਦਿਨ ਜਾ ਕੇ ਲੜਾਈ। ਇਹ ਦੀਨਾ ਨਾਥ ਜੀ ਨੇ ਆਪਣੀ ਜਿਹੜੀ ਕਾਰਪੋਰੇਸ਼ਨ ਦੀ ਕਮਾਈ ਤੀ ਉਹਦੇ ਵਿੱਚੋਂ 7 ਸਿੰਘ ਪੈਸੇ ਖਰਚਦੇ, ਔਰ ਉਹ ਕਮਾਈ ਦੇ ਵਿੱਚੋਂ ਫਿਰ ਦੀਨਾ ਨਾਥ ਜੀ ਨੂੰ ਸਸਪੈਂਡ ਕੀਤਾ ਕਿਉਂਕਿ ਉਹ ਇੰਸਪੈਕਟਰ ਦੇ। ਮੈਂ ਇਹ ਦੱਸ ਰਿਹਾ ਕਿ ਦੀਨਾ ਨਾਥ ਦੀ ਜਿਹੜੀ ਕਮਾਈ ਤੀ ਇਹ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਸਾਡੇ ਜੀਵਨ ਜੀ ਖੜ੍ਹੇ ਹੈ। ਰੰਗਾ ਰਾਮ ਹੰਸਰੇ ਜੀ ਨਹੀਂ ਹੈਗੇ, ਨਾ ਹੀ ਭਾਰਤੀ ਜੀ ਹੈ। ਸੋ ਇਸ ਕਰਕੇ ਜਿਹੜੀ ਸਾਡੇ ਉਸ ਟਾਈਮ ਕਮਾਈ ਕਰਕੇ ਜੇ ਅੱਜ ਵਾਲਮੀਕਿ ਤੀਰਥ ਹੈ ਨਾ ਤਾਂ ਉਹ ਕਾਂਗਰਸ ਪਾਰਟੀ ਕਰਕੇ। ਜੇ ਸਰਦਾਰ ਬੇਅੰਤ ਸਿੰਘ ਸਾਨੂੰ ਉੱਥੇ ਨਾ ਪਹੁੰਚਾਉਂਦੇ ਅਤੇ ਜਾਂ ਅਸੀਂ ਧੂਣਾ ਸਾਹਿਬ ਦਾ ਕਬਜ਼ਾ ਨਾ ਲੈਂਦੇ ਅਤੇ ਅੱਜ ਉੱਥੇ ਤੀਰਥ ਵਾਲਮੀਕਿ ਆਸ਼ਰਮ 'ਤੇ ਨਹੀਂ ਬਣਨਾ ਸੀ। ਅੱਜ ਵਾਲਮੀਕਿ ਜੇ ਤੀਰਥ ਹੈ ਤਾਂ ਦੀਨਾਨਾਥ ਜੀਵਨ ਚੌਧਰੀ ਸਾਹਿਬ ਕਰਕੇ, ਰੱਖਾ ਰਾਮ ਕਰਕੇ, ਅਮਰਨਾਥ ਭਾਰਤੀ ਕਰਕੇ, ਜਿਨ੍ਹਾਂ ਨੇ ਲੜਾਈ ਲੜ ਕੇ ਉੱਥੇ ਓਮਕਾਰ ਗੱਬਰ ਜੀ ਕਿੱਥੇ ਸੀ ਉਹਨਾਂ ਨੂੰ ਘਰ ਤੋਂ ਲੱਭ ਕੇ ਲਿਖਿਆ ਹੈ। ਉਹ ਸਾਰਿਆਂ ਨੂੰ ਲਿਆ ਕੇ ਅਸੀਂ ਮੂਹਰੇ ਲਾਏ, ਕਿਉਂ ਲਾਏ? ਕਿਉਂਕਿ ਅਸੀਂ ਬਾਹਰ ਤੋਂ ਜਾਣਾ ਸੀ, ਉੱਥੇ ਲੋਕਲ ਬੰਦਿਆਂ ਨੂੰ ਬਿਠਾਇਆ। ਸੋ ਇਸ ਕਰਕੇ ਮੈਂ ਬੇਨਤੀ ਕਰ ਰਿਹਾ, ਜੇਕਰ ਵਾਲਮੀਕਿ ਤੀਰਥ ਬਣਿਆ ਤਾਂ ਸਰਦਾਰ ਬੇਅੰਤ ਸਿੰਘ ਦੀ ਦੇਣ ਕਰਕੇ ਬਣਿਆ। ਇਸ ਦੇ ਪਿੱਛੇ ਸਾਰਾ ਹੀ ਜਿਹੜਾ ਕਰਨ ਸੀ ਉਹ ਸਰਦਾਰ ਬੇਅੰਤ ਸਿੰਘ ਦਾ ਸੀ। ਇਸ ਕਰਕੇ ਮੈਂ ਸਾਰੇ ਹੀ ਧਰਮ ਪ੍ਰੇਮੀਆਂ ਨੂੰ ਕਹਿ ਰਿਹਾ ਕਿ ਲੋਕ ਕਹੀਏ ਨੇ ਫਲਾਣੇ ਨੇ ਪੈਸੇ ਲਾ ਤੇ, ਉਹ ਪੈਸਾ ਵੀ ਸਾਰਾ ਉਹ ਕਾਂਗਰਸ ਪਾਰਟੀ ਦਾ ਪੈਸਾ ਸੀ। ਮੇਰੀ ਬੀਬੀ ਅਮਕਾ ਸੋਨੀ ਨੇ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਨਾ, ਤਾਲ ਕਟੋਰਾ ਸਟੇਡੀਅਮ ਦੇ ਵਿੱਚ 300 ਕਰੋੜ ਰੁਪਈਆ ਵਾਲਮੀਕਿ ਤੀਰਥ ਵਾਸਤੇ, 300 ਕਰੋੜ ਰੁਪਈਆ ਉਹਨਾਂ ਨੇ ਜਗਾਣਾ ਮੰਦਿਰ ਵਾਸਤੇ, 500 ਕਰੋੜ ਰੁਪਈਆ ਦਰਬਾਰ ਸਾਹਿਬ ਗੁਲਿਆਣਾ ਨੋਟੀਫਿਕੇਸ਼ਨ ਵਾਸਤੇ ਜਾਰੀ ਕੀਤੇ। ਆ ਜਿਹੜੇ ਕਹਿੰਦੇ ਨੇ ਕੈਪਟਨ ਸਾਹਿਬ ਤੋਂ ਜਾਂ ਸਾਡੇ ਮਾਨਯੋਗ ਬਾਦਲ ਸਾਹਿਬ ਕਹਿੰਦੇ ਪੈਸਾ ਲਾ ਰਹੇ ਹਨ, ਉਹ ਪੈਸਾ ਬਾਦਲਾਂ ਦਾ ਨਹੀਂ ਸੀ, ਉਹ ਤਾਂ ਅੰਬਿਕਾ ਸੋਨੀ ਦਾ ਪੈਸਾ ਸੀ। ਬਾਦਲਾਂ ਨੇ ਤਾਂ ਪੈਸਾ ਕਮਾਇਆ, ਵਿੱਚੋਂ ਪੈਸਾ ਖਾਇਆ। ਜਿਹੜੇ ਕਹਿੰਦੇ ਨੇ ਬਾਦਲਾਂ ਨੇ ਵੀ 300 ਕਰੋੜ ਰੁਪਏ ਜਿਹੜਾ ਪਿਆ ਸੀ ਉਹਦੇ ਵਿਆਜ ਕਿੱਥੇ ਗਿਆ? ਉਹਦੇ ਵਿੱਚੋਂ ਜਿਹੜਾ ਰੁਪਈਆ ਲੱਗਿਆ 300 ਕਰੋੜ 'ਚੋਂ 250 ਕਰੋੜ ਰੁਪਈਆ, 225 ਕਰੋੜ ਲੱਗਿਆ, 75 ਕਰੋੜ ਰੁਪਈਆ ਬਾਦਲਾਂ ਨੇ ਉਹ ਪੈਸੇ ਉਹ ਹੋਰ ਪਾਸੇ ਖਰਚ ਲਏ। ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ, ਕਦੀ ਹਿਸਾਬ ਕਰਨਾ ਪਏ ਨਾ ਉੱਥੇ DC ਦਫ਼ਤਰ ਦੇ ਵਿੱਚੋਂ ਫਾਈਲ ਮੰਗਾ ਕੇ ਉਹਨੂੰ ਕਿਹੋ ਵੀ ਸਾਨੂੰ ਜਿਹੜੇ ਅਮਕਾ ਸੋਨੀ ਦੇ ਪੈਸੇ ਆਏ ਸੀ ਉਹ ਕਿੱਥੇ ਲੱਗੇ ਹੈ, ਕਿੰਨੇ ਲੱਗੇ ਹੈ, ਉਹ ਤੁਹਾਨੂੰ ਪੈਸੇ। ਵਿਸ਼ਵਕਰਮਾ ਮਹਾਰਾਜ ਜੀ ਦੇ
जन्म दिन के उपलक्ष्य च अज 7 नवंबर दिन ऐतवार एक विशाल लंगर का आयोजन किया। मेरे नाल साथी जिहड़े आए ने मैं सारे का धन्यवाद करदा, अनिल बग्गा जी का, साडे जसवीर लवन जी का, एपी राणा जी का, कृष्ण सिंह जी का, दलीप कुमार थापर जी का, दीपक बरैंक जी का, साडे लाला सुरेंद्र अडवाल जी, रमेश गिल साहब, और थोड़ी ही देर च साडे सफाई उद्योग के चेयरमैन मेजर राम जी पहुँच रहे हैं। और एक गल होर मैं पत्रकार मीडिया को सूचना देना चाहना कि मैं अपना लोकसभा के राज्य मैंबर शमशेर सिंह ढुल्लो जी ने भी पहुँचना सी, उन्हों का मैसेज आ गया और वो बीमार ने, उन्हों का ऑपरेशन होया। ये पत्रकार मेरे भाई देख सकते हो, उन्हों का मैसेज आ गया आ, इस करके उत्थे नहीं पहुँचे। तो मैं अज तुहाडा सारे पत्रकार वीरां दा, प्रेस मीडिया का, इलैक्ट्रिक मीडिया का, मैं सारे का आभारी हाँ अपने दोस्तों का कि जेडे अज इतने पहुँच के तुसी हाजरी लगाई और इस प्रोग्राम नू चार चंद लगाए। ज़्यादा ना कुछ कहता होया, जय वाल्मीकि, जय भीम, जय रविदास, जय कबीर और जय विश्वकर्मा जी। धन्यवाद।